ਜਿੰਨੀ ਕਿਸੇ ਦੀ ਸਮਝ ਓਨੀ ਅਕਲ। ਹਰ ਮਤਲਬ ਰੈਸਪੀ ਜਿਵੇਂ ਤੁਸੀਂ ਬਣਾ ਲਈ ਨਾ ਕਿ ਆਟਾ ਘੀ ਚੀਨੀ ਪਾ ਕੇ ਕੜਾਹ ਬਣਾ ਲਿਆ ਤਾਂ ਉਹ ਕੜਾਹ ਹੀ ਹੁੰਦਾ। ਉਹ ਪ੍ਰਸ਼ਾਦ ਉਦੋਂ ਬਣਦਾ ਜਦ ਮਹਾਰਾਜ ਦੀ ਹਜ਼ੂਰੀ 'ਚ ਉਹਨਾਂ ਦੇ ਲਈ ਬਣਾਇਆ ਜਾਵੇ। ਸੋ ਇਟ ਇਜ਼ ਓਨਲੀ ਅ ਡਿਸ਼, ਇਹਨੂੰ ਜਿੱਦਾਂ ਮਰਜ਼ੀ ਖਾ ਸਕਦੇ। ਅੱਜ ਕੁਛ ਕੰਮ ਅਕਲ ਲੋਕ ਕਹਿਣ ਲੱਗ ਗਏ, ਉਹ ਮੈਂ ਕਿਹਾ ਇਹ ਮਹਾਰਾਜ ਦੀ ਹਜ਼ੂਰੀ 'ਚ ਤਾਂ ਗਿਆ ਹੀ ਨਹੀਂ, ਇਸ ਤਰ੍ਹਾਂ ਡਿਸ਼ ਹੈ। ਫਿਰ ਮੈਨੂੰ ਉਹ ਗਾਲਿਬ ਦੀ ਗੱਲ ਯਾਦ ਆ ਗਈ ਕਿ ਜਲੇਬੀ ਕੀ ਹੈ ਅਤੇ ਬਰਫੀ ਕੀ ਹੈ। ਕੁਛ ਨਹੀਂ ਹੋ ਸਕਦਾ। ਮਿਠਾਈ ਭੇਜੀ ਸੁਖਾਨੰਦ ਜੀ ਨੇ, ਕਿਉਂ ਜੀ ਸਰ ਘਰ ਤੱਕ ਪਹੁੰਚਾ ਕਰ ਆਇਆ ਹੋ। ਹਮਾਰੀ ਤਰਫ ਸੇ ਮੁਬਾਰਕਬਾਦ ਔਰ ਸ਼ੁਕਰੀਆ ਕਹਿ ਦੇਣਾ। ਸ਼ੁਕਰੀਆ, ਖੁਦਾ ਹਾਫਿਜ਼। ਮਿਰਜ਼ਾ ਜੀ, ਦੀਵਾਲੀ ਕੀ ਮਿਠਾਈ ਖਾਏਂਗੇ ਆਪ? ਜੀ ਬਰਫੀ ਹੈ, ਆਪ ਖਾਏਂਗੇ? ਮੁਸਲਮਾਨ ਹੋਕਰ? ਔਰ ਬਰਫੀ ਹਿੰਦੂ ਹੈ ਔਰ ਕਿਆ, ਮੁਸਲਮਾਨ ਹੈ, ਸ਼ੀਆ ਹੈ, ਸੁੰਨੀ ਹੈ। ਔਰ ਜਲੇਬੀ ਵੋ ਕਿਸ ਜਾਤ ਕੀ ਹੈ, ਖੱਤਰੀ ਹੈ ਯਾ ਸ਼ੀਆ ਹੈ ਯਾ ਸੁੰਨੀ? ਲਾ ਹੌਲ ਵਲਾ ਕੁਵਤ।